ਜੀ ਅਸਲਾਮੁਆਲੇਕ ਕੀ ਹਾਲ ਮੇਰੇ ਸਾਰੇ ਦੋਸਤਾਂ ਦਾ ਭਰਾਵਾਂ ਦਾ ਉਮੀਦ ਕਰਨਾ ਵਾ ਸਭ ਖੈਰੀਤ ਨਾਲ ਹੋਣਗੇ ਅੱਜ ਦੀ ਵੀਡੀਓ ਸਪੈਸ਼ਲ ਆਪਣੇ ਪਿੰਡੀ ਸਿੱਧੂ ਵੀਰੇ ਭਰਾਵਾਂ ਲਈ ਬਣਾ ਰਿਹਾ ਜੀ ਇਹ ਜਿਹੜਾ ਸਕਰੀਨ ਦੇ ਵਿੱਚ ਨਜ਼ਰ ਆ ਰਿਹਾ ਵੇ ਤੁਹਾਨੂੰ ਬੁੱਲ ਇਹ ਇਸ ਦਾ ਨਾਮ ਹੈ ਜੀ ਸੁਲਤਾਨ ਤੇ ਜਿਹਨੂੰ ਭਾਈ ਉਸਮਾਨ ਖਿੱਚ ਕੇ ਉਰੇ ਲਿਆ ਰਿਹਾ ਵੇ ਇਸ ਦਾ ਨਾਮ ਹੈ ਲਾਲ ਤੂਫਾਨ ਐ ਸਕਰੀਨ ਦੇ ਵਿੱਚ ਸੁਲਤਾਨ ਹੈ ਜੀ ਏ ਏ ਬੋਲੇ ਜੀ ਆਪਣਾ ਪਿੰਡੀ ਵੀਰੇ ਸੁਲਤਾਨ ਏ ਆਪਣਾ ਬੋਲੇ ਲਾਲ ਤੂਫਾਨ ਠੀਕ ਹੈ ਜੀ ਇਹ ਸੁਲਤਾਨ ਤੇ ਲਾਲ ਤੂਫਾਨ ਇਨਸ਼ਾਅੱਲਾ ਪਾਕਿਸਤਾਨ ਦੇ ਨਾਲ-ਨਾਲ ਇੰਡੀਆ ਦੇ ਵਿੱਚ ਪਿੰਡੀ ਸਿੱਧੂ ਦੇ ਫਾਰਮ ਦੇ ਉੱਤੇ ਦੁਨੀਆ ਵੇਖੇਗੀ ਇਨਸ਼ਾਅੱਲਾ ਕਿ ਪਿੰਡੀ ਸਿੱਧੂ ਫਾਰਮ ਦੇ ਉੱਤੇ ਵੀ ਪਿਓਰ ਨੀਲੀ ਰਾਵੇ ਦੀ ਬਰੀਡ ਕਿਵੇਂ ਆਂਦੀ ਏ ਔਰ ਇੰਡੀਆ ਦੇ ਵਿੱਚ ਮੇਰੇ ਹਿਸਾਬ ਦੇ ਨਾਲ ਅ ਪਿਓਰ ਜਿਹੜੀ ਬਰੀਡ ਏ ਨੀਲੀ 라ਵੀ ਉਹ ਪਿੰਡੀ ਸਿੱਧੂ ਫਾਰਮ ਦੇ ਉੱਤੇ ਸਭ ਤੋਂ ਪਹਿਲੇ ਆਏਗੀ ਇਨਸ਼ਾਅਲਾ ਸੁਲਤਾਨ ਲਾਲ ਦਫਾਨ ਬੋਲਦੇ ਸੀਮਨ ਜਿਹੜੇ ਨੇ ਉਹ ਸੀ ਅਨਾਉਂਸ ਕਰ ਦਿੱਤੇ ਨੇ ਜੀ ਸਾਰੇ ਪਾਕਿਸਤਾਨੀਆਂ ਲਈ ਸਾਰੇ ਹਿੰਦੁਸਤਾਨ ਲਈ ਇਨਸ਼ਾਅਲਾ ਬੜੇ ਕੋਸ਼ਿਸ਼ਾਂ جاری ਨੇ ਜੀ ਹਿੰਦੁਸਤਾਨ ਵਾਸਤੇ ਵੀ ਕਿ ਅਸੀਂ ਸੀਮਨ ਜਿਹੜੇ ਨੇ ਉਹ ਉੱਥੋਂ ਤੱਕ ਵੀ ਰਸਾਈ ਪਹੁੰਚਾਈਏ ਜੈਨੂਨ ਤਰੀਕੇ ਦੇ ਨਾਲ ਗਵਰਨਮੈਂਟ ਤੋਂ ਮਦਦ ਲੈ ਕੇ ਇਹ ਜਿਹੜੇ ਪਿੱਛੇ ਤੁਹਾਨੂੰ ਨਜ਼ਰ ਆ ਰਹੇ ਨੇ ਇਹ ਆਪਣੇ ਨੇ ਉਸਮਾਨ ਭਾਈ ਇਹਨਾਂ ਦੋਵਾਂ ਕਟਿਆਂ ਦੇ ਨਾਲ ਮੈਂ ਅੱਜ ਵੀਡੀਓ ਬਣਾਉਣ ਦਾ ਮਕਸਦ ਇਹ ਪਿੰਡੀ ਸਿੱਧੂ ਵੀਰੇ ਲਈ ਸਿਰਫ ਵੀਡੀਓ ਬਣਾ ਰਿਹਾ ਹਾਂ ਸਿਰਫ ਔਰ ਸਿਰਫ ਉਹਨਾਂ ਵੱਲ ਤੇ ਔਰ ਇਹ ਜਾਣਕਾਰੀ ਮੈਂ ਅੱਜ ਇਹ ਦੇਣ ਲੱਗਾ ਹਾਂ ਇੰਡੀਆ ਵਾਲੇ ਭਰਾਵਾਂ ਨੂੰ ਇਹ ਹੀ ਨਹੀਂ ਪਤਾ ਕਿ ਨੀਲੀ ਰਾਵੀ ਕਹੀ ਦਾ ਕਿੰਨੂ ਅੱਜ ਮੈਂ ਨੀਲੀ ਰਾਵੀ ਦੀ ਪਹਿਚਾਨ ਇਸ ਵੀਡੀਓ ਦੇ ਜ਼ਰੀਏ ਅੱਜ ਸਾਰੀ ਟੋਟਲ ਪਹਿਚਾਨ ਤੁਹਾਨੂੰ ਦੱਸਾਂਗਾ ਜੀ ਕਿ ਨੀਲੀ ਰਾਵੀ ਕਿਸ ਕਿਸ ਚੀਜ਼ ਦੇ ਵਿੱਚ ਆਂਦੀ ਏ ਸਿਰਫ ਮੂੰਹ ਦਾ ਬੱਲਾ ਪਨ ਹੋ ਜਾਣਾ ਜਾਂ ਅਗਲੀਆਂ ਪਿਛਣੀਆਂ ਲੱਤਾਂ ਬੱਲੀਆਂ ਹੋ ਜਾਣ ਦੇ ਨਾਲ ਹੀ ਨੀਲੀ ਦਾ ਵੀ ਨਹੀਂ ਹੁੰਦੀ ਨੀਲੀ ਦਾ ਵੀ ਦੇ ਵਿੱਚ ਹੋਰ ਬੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਗਿਣੀਆਂ ਜਾਂਦੀਆਂ ਨੇ ਬੜੀਆਂ ਕਾਊਂਟ ਹੁੰਦੀਆਂ ਨੇ ਉਹ ਮੈਂ ਜਨਾਬ ਅੱਜ ਤੁਹਾਨੂੰ ਦੱਸਣਾ ਵਾ ਇਹ ਬਾਈਸਮਾਨ ਲੋ ਹੇ ਚੱਲ ਅੱਗੇ ਆ ਜਾ ਬਾਈਸਮਾਨ ਅਦਰ ਆਇਆ ਨਹੀਂ ਅਗਲਾ ਹੁੰਦਾ ਇਧਰ ਆ ਇਹ ਮੋਬਾਈਲ ਫੜ ਮੇਰਾ ਭਾਈ ਤੂੰ ਮੋਬਾਈਲ ਫੜ ਮੈਂ ਇਧਰ ਆ ਮੈਂ ਇਸ ਇਸ ਦੀਆਂ ਪਹਿਲੇ ਖਸੂਸੀਅਤ ਦੱਸ ਦਵਾਂ ਹੱਥ ਲਾ ਕੇ ਬਕਾਇਦਾ ਆ ਵੀਡੀਓ ਇਸ ਤਰ੍ਹਾਂ ਬਣਦੀ ਹੈ ਇਸ ਤਰ੍ਹਾਂ ਹੀ ਬਣੰਦੇ ਨਾ ਚੱਲ ਨਿਕਲ ਜਾ ਨਿਕਲ ਜਾ ਉੱਥੇ ਨਿਕਲ ਜਾ ਇੱਕ ਮਿੰਟ ਐਨੋ ਦੇਖ ਲਵਾਂ ਹਲੋ ਐਤਕਲ ਬੋਲਦੇ ਐ ਚੱਲ ਵੀ ਪਿੰਡੀ ਸਿੱਧੂ ਵੀਰੇ ਸਭ ਤੋਂ ਪਹਿਲੇ ਜਿਹੜੀ ਨੀਲੀ ਧਾਵੀ ਦੇ ਵਿੱਚ ਨੀਲੀ ਧਾਵੀ ਦੇ ਵਿੱਚ ਅੱਖ ਸਫੈਦ ਹੋਏਗੀ ਅੱਖ ਸਫੈਦ ਹੋਏਗੀ ਤੁਸੀਂ ਨੀਲੀ ਧਾਵੀ ਧਾਵੀ ਸਿਰਫ ਉਹਨੂੰ ਖੇਲ ਲੈਂਦੇ ਜੇ ਇਦੀਆਂ ਪਿਛਣੀਆਂ ਲੱਤਾਂ ਚਿੱਟੀਆਂ ਹੋਣ ਜੀ ਅਗਲੀਆਂ ਲੱਤਾਂ ਚਿੱਟੀਆਂ ਹੋਣ ਇਸ ਸੀਜ਼ ਜਣਾ ਨੀਲੀ 라ਵੀ ਦਾ ਤੱਲਕ ਨਹੀਂ ਅੱਖਾਂ ਸਫੇਦ ਹੋਣ ਅੱਗੇ ਆਓ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸਾਂ ਇੱਧਰ ਆ ਜਾਓ ਭਾਈ ਸਮਾਨ ਇੱਧਰ ਆ ਪੱਟ ਨੀਲੀ 라ਵੀ ਦੇ ਵਿੱਚ ਪੱਟ ਜਿਹੜੇ ਨੇ ਨਾ ਇਹ ਪੱਟ ਇਹ ਮੋਟੇ ਆਂਦੇ ਨੇ ਪੱਟ ਹਮੇਸ਼ਾ ਗੱਲ ਜ਼ਿਹਨ 'ਚ ਰੱਖਣਾ ਇਹ ਜਿਹੜੀ ਜਗ੍ਹਾ ਇਹ ਲੱਤ ਜਿਹੜੀ ਏ ਇਹ ਲੱਤ ਹਮੇਸ਼ਾ ਭਾਰੀ ਹੋਏਗੀ ਤੁਹਾਡੀਆਂ ਮੱਜਾਂ ਦੀਆਂ ਨੀਲੀ 라ਵੀ ਜਿਹੜੀਆਂ ਤੁਸੀਂ ਗਿੰਦੇ ਜੇ ਨਾ ਉਹਨਾਂ ਦੀਆਂ ਲੱਤਾਂ ਜਾਵਾਂਆਂ ਦੀਆਂ ਮੱਜਾਂ ਦੀਆਂ ਬਰੀਕ-ਬਰੀਕ ਨੇ ਉਹ ਜ਼ਿਆਦਾ ਨੀਲੀ ਦੇ ਵਿੱਚ ਆਂਦੀਆਂ ਨੇ ਜਾਂ ਕ੍ਰਾਸ ਬ੍ਰੀਡ ਦੇ ਵਿੱਚ ਆਂਦੀਆਂ ਨੀਲੀ ਰਾਵੀ ਨਹੀਂ ਆਂਦੀ ਨੀਲੀ ਰਾਵੀ ਦੇ ਵਿੱਚ ਇਹ ਥੱਲੋਂ ਪੈੜ ਜਿਹੜਾ ਵੇ ਇਹ ਮਜ਼ਬੂਤ ਹੋਏਗਾ ਗੋਡੇ ਭਾਰੇ ਹੋਣਗੇ ਪੱਟ ਮੋਟੇ ਹੋਣਗੇ ਠੀਕ ਹੈ ਫਿਰ ਉਸ ਦੇ ਵਿੱਚ ਜਿਹੜੀ ਥਾੜੀ ਨੀਲੀ ਰਾਵੀ ਏ ਉਹਦੇ ਵਿੱਚ ਥਾੜੀ ਇਹ ਕੋਲੀ ਬਹੁਤ ਵੱਡੀ ਏ ਇਹਦੇ ਵਿੱਚ ਤੁਸੀਂ ਵੇਖੋ ਕੋਲੀ ਬਿਲਕੁਲ ਕੰਟਰੋਲ ਹੋ ਗਈ ਹੋਈ ਏ ਬਿਲਕੁਲ ਕੰਟਰੋਲ ਹੋ ਗਈ ਹੁਣ ਮੈਂ ਤੁਹਾਨੂੰ ਉਸ ਦਾ ਵੀ ਬਹਾਨਾ ਇਹਦਾ ਤੁਸੀਂ ਬਾਡੀ ਸਟਰਕਚਰ ਦੇਖ ਲੀਤਾ ਇਹ ਦਾ ਪੁੱਠੇ ਦਾ ਸਟਾਈਲ ਵੇਖ ਲੀਤਾ ਤੁਸੀਂ ਕਿਧਰੋਂ ਉੱਚਾ ਨਹੀਂ ਕਿਧਰੋਂ ਨੀਵਾ ਨਹੀਂ ਸਾਰੀ ਤਰਤੀਬ ਹੈ ਠੀਕ ਹੈ ਉਸ ਤੋਂ ਬਾਅਦ ਅੱਲਾ ਤੁਹਾਡੀ ਫਾਇਰ ਕਰੇ ਸਿਰ ਜਿਹੜਾ ਤੁਹਾਡੀਆਂ ਮੱਜਾਂ ਦੇ ਜਿਹੜੇ ਨੀਲੀ ਰਾਵੀ ਦੇ ਨੇ ਸਿਰ ਨਹੀਂ ਅ ਯਾਨੀ ਕਿ ਚੰਗੇ ਗਿਲੇ ਜਾਂਦੇ ਉਹ ਸਿਰ ਬੈਠਵੇਂ ਇਸ ਕੱਟੇ ਦਾ ਸਿਰ ਮੈਂ ਤੁਹਾਨੂੰ ਬਕੂਬੀ ਖੁਦ ਬਹਾਨਾ ਤੁਹਾਨੂੰ ਪਛਮਾਨ ਤੁਸੀਂ ਨਾਲੋ ਐ ਹੁਣ ਤੁਸੀਂ ਇਹ ਵੇਖੋ ਹੁਣ ਇਹ ਵੇਖੋ ਜੀ ਇਸ ਕੱਟੇ ਦਾ ਸਿਰ ਵੇਖੋ ਇਸ ਕੱਟੇ ਦੇ ਸਿੰਘ ਵੇਖੋ ਠੀਕ ਹੈ ਇਹ ਸਿੰਘ ਵੇਖੋ ਇਹ ਸਿਰ ਵੇਖੋ ਇਸ ਤਰ੍ਹਾਂ ਟੋਪੀ ਨੂੰ ਮਾਵੇਂ ਕੇਲੇ ਦੀ ਟੋਪੀ ਨਹੀਂ ਹੁੰਦੀ ਜਿਵੇਂ ਉਸ ਨੂੰ ਮਾਵੇਂ ਇਹ ਸਾਡੇ ਭਾਈ ਸਮਾਨ ਨੇ ਇਹਨਾਂ ਨਾਲ ਪਿਆਰ ਕਰਦੇ ਨੇ ਜੀ ਇਹਨਾਂ ਨੂੰ ਬੜਾ ਇੰਜ ਸੰਭਾਲ ਚ ਮੁਲ ਕੇ ਰੱਖਦੇ ਨੇ ਐਸੇ ਸਿਰ ਵੇਖ ਲਿਆ ਤੁਸੀਂ ਅਗਲੀ ਕੋਲੀ ਬਹੁਤ ਜ਼ਿਆਦਾ ਵੱਡੀ ਨਹੀਂ ਅਗਲੇ ਪੈਰ ਜਿਹੜੇ ਨੇ ਇਹ ਵੀ ਵਜ਼ਨੀ ਹੋਣਗੇ ਫਿਰ ਦੂਜੇ ਨੰਬਰ ਦੇ ਉੱਤੇ ਜਿਹੜੇ ਇੰਡੀਆ ਦੇ ਵਿੱਚ ਨੀਲੀ 라ਵੀ ਦੇ ਜਿਹੜੇ ਬੁੱਲ ਨੇ ਜਾਂ ਜਿਹੜੇ ਕੱਟੇ ਨੇ ਜਾਂ ਕਟੀਆਂ ਨੇ ਉਹਨਾਂ ਦੀਆਂ ਲੱਤਾਂ ਟੇਹੜੀਆਂ ਨੇ ਜਦੋਂ ਜਾਨਵਰ ਟੁਰਦਾ ਅੱਗੇ ਜਾਂਦੋ ਉਹ ਵਿੱਚ ਆਪਸ ਦੇ ਵਿੱਚ ਅੜਦੇ ਨੇ ਆ ਵੇਖੋ ਅੜਨੇ ਨਹੀਂ ਚਾਹੀਦੇ ਆ ਸਟਰੀਟ ਚੱਲਦੇ ਪਏ ਨੇ ਲੱਤਾਂ ਸਿੱਧੀਆਂ ਨੇ ਉਹ ਵਾਲ ਖਾਈਆਂ ਹੁੰਦੀਆਂ ਨੇ ਉਹ ਵਾਲ ਖਾਈਆਂ ਹੋਈਆਂ ਪਿਓਰ ਨੀਲੀ ਰਾਵੀ ਦੇ ਵਿੱਚ ਨਹੀਂ ਜਾਂਦੀਆਂ ਆ ਤੁਸੀਂ ਚੈੱਕ ਕਰ ਸਕਦੇ ਜੇ ਇਹ ਤੁਸੀਂ ਚੈੱਕ ਕਰ ਸਕਦੇ ਜੇ ਠੀਕ ਹੈ ਹੁਣ ਮੈਂ ਤੁਹਾਨੂੰ ਬਖਾਉ ਹੁਣ ਸੁਲਤਾਨ ਖੜਾ ਜੀ ਸੁਲਤਾਨ ਦੀ ਵੀ ਇਹ ਚੀਜ਼ ਤੁਹਾਨੂੰ ਦਿਖਾਣਾ ਜੀ ਮੈਂ ਸੁਲਤਾਨ ਦੇ ਵਿੱਚ ਵੀ ਆ ਵੇਖੋ ਸ਼ੇਰ ਵੇਖਦੇ ਪਏ ਜੇ ਆ ਸਿੰਘ ਵੇਖਦੇ ਪਏ ਜੇ ਠੀਕ ਹੈ ਇਹਨੇ ਹੁਣ ਦੰਦ ਭਨੇ ਨੇ ਇਹਨੇ ਵੀ ਤੇ ਇਸ ਨੇ ਵੀ ਆ ਹੁਣ ਦੰਦ ਪੰਨੇ ਨੇ ਹੁਣ ਮੈਂ ਤੁਹਾਨੂੰ ਇਸ ਦੇ ਵੀ ਪੱਟ ਪੁੱਟ ਬਹਾਨਾ ਵਾਂ ਪਛਮਾਨ ਆ ਨਾਲ ਹੋ ਕੇ ਇਹਦੇ ਪੱਟਾਂ ਨੂੰ ਹੱਥ ਲਾ ਕੇ ਵਾਹੋ ਐ ਟੈਸਟਿਕਲ ਵੇਖੋ ਚਲੋ ਕੋਈ ਗੱਲ ਨਹੀਂ ਅੱਗੇ ਨੂੰ ਜਾਵੇ ਫੜੋ ਨੂੰ ਜਰਾ ਆ ਜਾ ਬੁੱਧਰ ਇੱਥੇ ਖਲੋ ਇੱਥੇ ਖਲਾਰ ਲੋ ਇਹਨੂੰ ਆ ਵੇਖੋ ਜੀ ਆ ਵੇਖੋ ਜੀ ਇਸ ਕੱਟੇ ਨੂੰ ਵੀ ਦੇਖ ਲਓ ਤੁਸੀਂ ਇਹਦੇ ਪੱਟ ਕਿਸ ਕਦਰ ਮੋਟੇ ਇਹਦੇ ਪੱਟ ਕਿਸ ਕਦਰ ਮੋਟੇ ਨੇ ਲੱਤਾਂ ਬਿਲਕੁਲ ਸਟ੍ਰੇਟ ਨੇ ਬਿਲਕੁਲ ਨਹੀਂ ਭੇਡ ਰੀਆਂ ਅਗਲੀਆਂ ਲੱਤਾਂ ਦਾ ਵੀ ਵਜ਼ਨ ਹੀ ਹੋਣਾ ਲਾਜ਼ਮੀ ਹੈ ਇਹਦੇ ਵਿੱਚ ਬਿਲਕੁਲ ਨਹੀਂ ਹੈ ਜੀ ਇਹਦੇ ਦੋਵੇਂ ਪਿਛਲੀਆਂ ਲੱਤਾਂ ਨਹੀਂ ਚਿੱਟੀਆਂ ਤੇ ਇਹ ਨੀਲੀ ਰਾਵੀ ਦੇ ਵਿੱਚ ਨਹੀਂ ਆਂਦਾ ਜਾਂ ਕੋਈ ਐਸੀ ਗੱਲ ਬਾਤ ਬਿਲਕੁਲ ਕਨਸੈਪਟ ਨਹੀਂ ਹੈ ਨੀਲੀ ਰਾਵੀ ਇਸ ਤੋਂ ਉੱਤੇ ਮੈਂ ਪੂਰੇ ਪਾਕਿਸਤਾਨ ਚ ਪੂਰੇ ਹਿੰਦੁਸਤਾਨ ਦੇ ਵਿੱਚ ਮੈਂ ਨਹੀਂ ਸਮਝਦਾ ਪਿਓਰ ਨੀਲੀ ਰਾਵੀ ਦੀ ਅਗਰ ਕਿਸੇ ਨੇ ਪਹਿਚਾਨ ਕਰਨੀ ਹੈ ਪਿੰਡੀ ਸਿੱਧੂ ਵੀਰੇ ਤੇ ਇਹ ਅਜੇ ਪਿਓਰ ਨੀਲੀ ਰਾਵੀ ਦੀ ਪਹਿਚਾਨ ਅਜਿਹੜੀਆਂ ਚੀਜ਼ਾਂ ਤੁਹਾਨੂੰ ਮੈਂ ਦੱਸ ਦਿੱਤੀਆਂ ਨੀਲੀ ਰਾਵੀ ਦੇ ਵਿੱਚ ਅੱਖ ਜ਼ਰੂਰ ਚਿੱਟੀ ਹੋਏਗੀ ਅੱਖ ਕਾਲੀ ਨਹੀਂ ਹੋਏਗੀ ਮੱਥਾ ਜਿਹੜਾ ਵੇ ਉਹ ਥੋੜਾ ਜਿਆਦਾ ਚਿੱਟਾ ਹੋਏਗਾ ਵੇਖੋ ਇਹ ਮੱਥਾ ਵੇਖਦੇ ਪੇ ਚਿੱਟਾ ਇਹ ਮੱਥਾ ਵੇਖਦੇ ਪੇ ਉਹ ਜਿਆਦਾ ਚਿੱਟਾ ਛੋਟੀ ਜੀ ਫੁੱਲੀ ਜਿਹਦੇ ਮੱਥੇ ਦੇ ਉੱਤੇ ਹੋਏਗੀ ਉਹਨੂੰ ਮੈਂ ਨੀਲੀ ਧਾਵੀ ਨਹੀਂ ਗਿਣਾਗਾ ਉਹ ਜ਼ਿਆਦਾਤਰ ਉਹ ਨੀਲੀ ਦੇ ਵਿੱਚ ਆ ਜਾਂਦੀ ਏ ਜਿਨ੍ਹਾਂ ਦੇ ਮੱਥਿਆਂ ਦੇ ਉੱਤੇ ਹਲਕਾ ਜਿਹਾ ਨਿਸ਼ਾਨ ਹੁੰਦਾ ਵੇ ਐ ਵੇਖੋ ਇਹਨਾਂ ਦੇ ਜਿਹੜੇ ਨੇ ਮੱਥੇ ਇਹ ਕਿੰਨੇ ਕਿੰਨੇ ਵਾਈਟ ਨੇ ਇਹ ਨੀਲੀ ਧਾਵੀ ਦੇ ਵਿੱਚ ਇਹ ਸਿਰਫ ਮੂੰਹ ਚਿੱਟਾ ਹੋਣ ਦੇ ਨਾਲ ਨਹੀਂ ਆਪਣਾ ਹੋ ਜਾਂਦਾ ਨੀਲੀ ਧਾਵੀ ਐ ਵੇਖੋ ਦੋਵੇਂ ਇਕੱਠੇ ਹੋ ਗਏ ਇਹਨਾਂ ਦੀਆਂ ਸ਼ੇਪਾਂ ਵੇਖੋ ਇਹਨਾਂ ਦੋਵਾਂ ਦੇ ਅਗਲੇ ਹੱਡ ਪੈਰ ਵੇਖੋ ਅਸਮਾਨ ਭਾਈ ਇਹਨਾਂ ਨੂੰ ਪਿਆਰ ਕਰ ਰਹੇ ਨੇ ਜੀ ਆਹ ਦੇਖੋ ਅਗਲੀਆਂ ਲੱਤਾਂ ਵੀ ਪਾਵਰਫੁੱਲ ਹੋਣੀਆਂ ਚਾਹੀਦੀਆਂ ਅਗਲੀਆਂ ਲੱਤਾਂ ਦਾ ਵਕਫਾ ਯਾਨੀ ਕਿ ਉਹਨਾਂ ਦੇ ਸੈਂਟਰ ਦੇ ਵਿੱਚ ਜਿਹੜਾ ਵਕਫਾ ਆਵੇ ਉਹ ਜ਼ਿਆਦਾ ਹੋਣਾ ਚਾਹੀਦਾ ਬਿਲਕੁਲ ਨਾਲ ਨਹੀਂ ਮਿਲੀਆਂ ਹੋਣੀਆਂ ਚਾਹੀਦੀਆਂ ਉਹਨਾਂ ਦੇ ਪੈਰ ਜਿਵੇਂ ਬ੍ਰਾਹਮਣ ਬੱਛੀਆਂ ਬੱਚੇ ਜਿਹੜੇ ਹੁੰਦੇ ਨੇ ਉਹਨਾਂ ਦੇ ਪੈਰ ਵਜਣੀ ਇਹਨਾਂ ਦੇ ਅਗਲੇ ਪੈਰ ਵੀ ਵਜਣੀ ਹੈ ਦੇਖੋ ਜੀ ਆਹ ਦੇਖੋ ਅਗਲੇ ਪੈਰ ਵੀ ਇੰਜ ਪਿੱਲਰ ਤਰ੍ਹਾਂ ਆਹ ਵਕਫਾ ਚੈੱਕ ਕਰਦੇ ਭਾਈ ਕਿੰਨਾ ਵਕਫਾ ਐਸੇ ਤਰ੍ਹਾਂ ਪਿਛਲੇ ਪੈਰ ਵੀ ਬਿਲਕੁਲ ਮਜ਼ਬੂਤ ਮਜ਼ਬੂਤ ਹੋਣੇ ਚਾਹੀਦੇ ਨੇ ਲੋ ਪਿੰਡੀ ਵੀਰੇ ਵੀਡੀਓ 8 ਮਿੰਟ ਦੀ ਹੋ ਗਈ ਏ ਤੇ ਸਾਰੇ ਭਰਾ ਸੁਲਤਾਨ ਲਾਲ ਤੂਫਾਨ ਬੁੱਲ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਮਜ਼ੀਦ ਅੱਛੀ ਤੋਂ ਅੱਛੀ ਵੀਡੀਓ ਜਿਹੜੀਆਂ ਨੇ ਉਹ ਵੇਖਣ ਨੂੰ ਮਿਲਦੀਆਂ ਰਹਿਣ ਇਹ ਸਿਰਫ ਔਰ ਸਿਰਫ ਆਪਣਾ ਪਿੰਡੀ ਸਿੱਧੂ ਵੀਰੇ ਭਰਾ ਲਈ ਵੀਡੀਓ ਬਣਾਈ ਏ ਔਰ ਇਨਸ਼ਾਅੱਲਾ ਆਉਣ ਵਾਲੇ ਟਾਈਮ ਦੇ ਵਿੱਚ ਕੁਝ ਦਿਨਾਂ ਦੇ ਵਿੱਚ ਕੁਝ ਮਹੀਨਿਆਂ ਦੇ ਵਿੱਚ ਹੀ ਨੀਲੀ 라ਵੀ ਦੀ ਇੱਕ ਮਿਸਾਲ ਇੰਡੀਆ ਦੇ ਵਿੱਚ ਪਿੰਡੀ ਸਿੱਧੂ ਵੀਰਾ ਕਾਇਮ ਕਰੇਗਾ। ਔਰ ਇਹ ਬੁੱਲ ਜਿਹੜੇ ਨੇ ਇਹ ਨੀਲੀ 라ਵੀ ਪਿਓਰ ਨੇ ਇਹਨਾਂ ਦੀ ਪਰਖ ਕਰ ਲਵੋ ਇਹਨਾਂ ਨੂੰ ਜਾਣਕਾਰੀ ਕਰ ਲਵੋ ਕੋਈ ਬੰਦਾ ਨੀਲੀ 라ਵੀ ਦੇ ਵਿੱਚ ਇਹਨਾਂ ਨੂੰ ਕੋਈ ਨੰਬਰ ਨਹੀਂ ਘੱਟ ਦੇਗਾ ਜਾਂ ਕੋਈ ਇਹ ਨਹੀਂ ਕਹਿ ਸਕਦਾ ਕਿ ਪਈਏ ਨੀਲੀ 라ਵੀ ਨਹੀਂ ਜ਼ਿਆਦਾ ਨੀਲੀ ਨੇ ਜ਼ਿਆਦਾ 라ਵੀ ਨੇ ਇਹ ਪਿਓਰ ਨੀਲੀ 라ਵੀ ਜੇ ਔਰ ਪਿਓਰ ਜਿਹੜੀ ਕਿ ਨਾ ਇਹ ਦੁੱਧ ਵਾਲੀ ਬਰੀਡ ਹੈ ਖੂਬਸੂਰਤੀ ਪਲੱਸ ਦੁੱਧ ਔਰ ਲੰਬਾ ਦੁੱਧ ਕਰਨਗੇ ਇਹਨਾਂ ਦੀ ਖੂਬਸੂਰਤੀ ਹਰ ਗੱਲਬਾਤ ਤੁਹਾਡੇ ਸਾਹਮਣੇ ਜੀ ਇਹ ਸਾਡੇ ਉਸਮਾਨ ਭਾਈ ਨੇ ਜੀ ਉਸਮਾਨ ਭਾਈ ਹੱਥ ਲਾ ਦਿਓ ਤੁਸੀਂ ਇਹ ਸਾਡੇ ਉਸਮਾਨ ਭਾਈ ਆ ਗਏ ਇਹ ਆਪਣੇ ਆਮਰ ਭਾਈ ਪਿੰਡੀ ਸਿੱਧੂ ਵੀਰੇ ਆਮਰ ਭਾਈ ਦੀ ਦੇ ਅਕਸਰ ਤੁਸੀਂ ਵੀਡੀਓ ਵੇਖੀਆਂ ਮੁਖੀਆਂ ਨੇ ਅਕਸਰ ਤੁਸੀਂ ਵੀਡੀਓ ਵੇਖੀਆਂ ਮੁਖੀਆਂ ਨੇ ਇਹ ਅਮਰ ਭਾਈ ਆ ਗਏ ਇਹ ਆਪਣਾ تنویر ਗੁੱਜਰ ਸਾਹਿਬ ਨੇ ਠੀਕ ਹੈ ਜੀ ਲੋ ਹੁਣ ਸਾਰੇ ਭਰਾਵਾਂ ਤੋਂ ਇਜਾਜ਼ਤ ਚਾਹਨਾ ਵਾ ਲੋ ਪਿੰਡੀ ਵੀਰੇ ਹੁਣ ਤੁਸੀਂ ਇਹ ਆਪਣੇ YouTube ਚੈਨਲ ਤੇ ਚੜਾਓ ਇਹਨੂੰ ਨਾਲੇ ਦੁਨੀਆਂ ਨੂੰ ਸ਼ੌਕ ਕਰਾਓ ਨਾਲੇ ਦੱਸੋ ਕਿ ਨੀਲੀ ਰਾਵੀ ਕਿਨੂੰ ਕਹੀਦਾ ਵੇ ਨੀਲੀ ਰਾਵੀ ਹੁੰਦੀ ਕੀ ਏ ਇਹ ਹੁਣ ਮੈਂ ਤੁਹਾਨੂੰ ਇੱਕ ਇੱਕ ਚੀਜ਼ ਵਹਾ ਦਿੱਤੀ ਏ ਐ ਵੇਖੋ ਉਹਦੇ ਵਿੱਚ ਪੂਸ਼ਲ ਅੱਧੀ ਤਕਰੀਬਨ ਚਿੱਟੀ ਹੋਣੀ ਲਾਜ਼ਮੀ ਏ ਨੀਲੀ ਰਾਵੀ ਦੇ ਵਿੱਚ ਐ ਵੇਖੋ ਇਹਦੇ ਪੈਰ ਪਿਛਲੇ ਦੋਵੇਂ ਚਿੱਟੇ ਨੇ ਅਗਲੇ ਵੀ ਚਿੱਟੇ ਨੇ ਲੇਕਿਨ ਦੂਸਰ ਇਹਦੇ ਜ਼ਰੂਰੀ ਨਹੀਂ ਹੈਗਾ ਕਿ ਨੀਲੀ ਰਾਵੀ ਦੇ ਵਿੱਚ ਚਾਰੇ ਪੈਰ ਚਿੱਟੇ ਆਣ ਇਹ ਬਿਲਕੁਲ ਜ਼ਰੂਰੀ ਨਹੀਂਗਾ ਐ ਲੋ ਐ ਲੋ ਇਹ ਪਿਓਰ ਨੀਲੀ ਰਾਵੀ ਐ ਜੇ ਪਿੰਡੀ ਵੀਰੇ ਇਹ ਇਸ ਤੋਂ ਉੱਤੇ ਨੀਲੀ ਰਾਵੀ ਜਿਹੜੀ ਹੈ ਨਾ ਉਹ ਨਹੀਂ ਹੋ ਸਕਦੀ ਇਸ ਤੋਂ ਉੱਤੇ ਪਾਇਓਰਟੀ ਨੀਲੀ ਰਾਵੀ ਦੀ ਨਹੀਂ ਆ ਸਕਦੀ ਮੋਬਾਈਲ ਦਾ ਰਿਜ਼ਲਟ ਜਰਾ ਥੋੜਾ ਜਿਹਾ ਕਮਜ਼ੋਰ ਹੈ ਲੇਕਿਨ ਸਾਰੇ ਭਰਾ ਸਮਝ ਜਾਣਗੇ ਠੀਕ ਹੈ ਮੈਂ ਜਿਆਦਾ ਚਾਹਨਾ ਸਾਰੇ ਭਰਾਵਾਂ ਤੋਂ ਮਿਹਰਬਾਨੀ ਸ਼ੁਕਰੀਆ